तू करता आप अगणित है, आप अगणित है, तू करता आप अगणित है, आप अगणित है, सब जग विच गणत सब जग विच गणत तू करता आप अगणित है, आप अगणित है, सब जग विच गणत सब जग विच गणत तू करता सब किछ जानदा करता सब किछ जानदा जो जिया अंदर वरते करता सब किछ जानदा जो जिया अंदर वरते सब जग विच गणते तू करता आप अगणित है, तू करता सब कीता तेरा
वर्तदा सब कीता तेरा वर्तदा सब तेरी बनता सब तेरी बनते तू घट घट एक वर्तदा घट घट एक वर्तदा सच साहिब चलते सच साहिब चलते सब जग सब जग बिच गणते करता आप अगणित है
पाप अगणित है, सब जग विच गणित है। तू करता सब किछ जानदा, तू करता सब किछ जानदा, जो जिया अंदर वरता सब किछ जानदा। घट घट के अंतर की जान सब किछ जानदा, घट घट के अंतर की जानत, भले बुरे की पीर पहचान, हर करता तू करता सब किछ जानता। सब किछ जानदा तू करता आप अगणित है, दो गल्ला साढ़े सामने पहलियां दो लाइनों में आ गई हैं, जिहड़ियां पिछले बीते समय दे प्रोग्राम नाल संबंधित ने। एक ता तू सब कुछ जानना है, जो जीयां दे अंदर वर्तदा है, अपने अंदर जो कुछ भी कोई सोचदा है वो जानदा है। एक गल वक्री है कि मैं उसनू पछाणदा नहीं, सतगुरु ने बाणी विच भी आख्या ओ वेखै ओना नदर ना हो जाए। ए आश्चर्य दी गल मालिक दी पहली है कि ओ दुनिया दे हर काम नू देख रहा है, सिरजदा है, सिरज के सारिआं नू अपनी निगाह विचों कढदा है, वेख नदरी हेठ चलाएंदा, हर किसे नू अपनी निगाह विच रखदा है, कोई उन्दे कोलों छुपिया होया नहीं। पर मसला आज सामने आया कि ओ वेखे उन्ना नजर ना आवे, ओ वेखदा है सानू दिसदा नहीं, ओ समझदा असी पछाणदे नहीं। पर क्यों? क्योंकि पिछली बार भी ये सवाल आया सी कि जे रब मन विच रहिंदा है, लड़ी जोड़ना चाहना कि जे रब जे प्रभु मन विच रहिंदा है, मन ही उनका टिकाना है। अगम रूप का मन में थाना दा सवाल सी, रामानंद ने भी यह गल आखी सी, सो ब्रह्म बतायो गुरु मन ही माए। जो मन विच अंदर रहिंदा है ता ए गल ते मनन विच आउंदी है, अंदर रहन वाला मेरे अंदर दियां सारियां गल्लां जानदा है, इस विच कोई शक नहीं। एक गल स्पष्ट हो जांदी है क्योंकि अंदर रहिंदा है। तू करता सब कुछ जानदा, जो जियां अंदर वरते, अज दे शब्द दा मसला है, जो जियां दे अंदर वरत रहा है
ਚੰਗਾ ਮੰਦਾ ਉਹ ਸਭ ਕੁਛ ਜਾਣਦਾ ਹੈ ਕਿਉਂਕਿ ਉਹ ਅੰਦਰ ਰਹਿੰਦਾ ਹੈ। ਅਗਮ ਰੂਪ ਕਾ ਮਨ ਮੈਂ ਥਾਣਨਾ ਹੈ। ਅਤੇ ਫਿਰ ਅਗਲਾ ਸਵਾਲ ਪੈਦਾ ਹੋਇਆ ਸੀ ਕਿ ਜੇ ਉਹ ਮਨ ਵਿੱਚ ਰਹਿੰਦਾ ਤਾਂ ਮੈਂ ਕਿਉਂ ਨਹੀਂ ਮਿਲ ਸਕਦਾ। ਮਨ ਰੱਬ ਨੂੰ ਪ੍ਰਭੂ ਨੂੰ ਪਛਾਣਦਾ ਕਿਉਂ ਨਹੀਂ ਮਿਲ ਸਕਦਾ। ਤਾਂ ਇਹਦਾ ਜਵਾਬ ਵੀ ਪਿਛਲੀ ਵਾਰ ਆਇਆ ਸੀ, ਇਸ ਲਈ ਕਿਉਂਕਿ ਕਰਮਾਂ ਨੇ ਮਨੁੱਖ ਨੂੰ ਮਿਲਣਾ ਸੀ ਅਤੇ ਕਰਮਾਂ ਨੂੰ ਤਰਤੀਬ ਦਿੰਦਾ ਸੀ ਮਨ। ਕਈ ਵਾਰ ਆ ਚੁੱਕਾ ਹੈ ਇਹ ਸਬਜੈਕਟ ਕਿ ਮਨ ਵਿਚਾਰਾਂ ਦਾ ਕੇਂਦਰ ਹੈ ਅਤੇ ਵਿਚਾਰ ਹੀ ਵਿਹਾਰ ਬਣਦੇ ਨੇ। ਜਿਸ ਮਨੁੱਖ ਦੇ ਜਿਹੋ ਜਿਹੇ ਵਿਚਾਰ ਹੋਣਗੇ ਉਹੋ ਜਿਹੇ ਵਿਹਾਰ ਬਣਨਗੇ, ਅਤੇ ਵਿਹਾਰ ਦਾ ਦੂਜਾ ਨਾਂ ਹੀ ਕਰਮ ਹੈ। ਉਹ ਜੇ ਕਰਮ ਬਣਨਗੇ ਅਤੇ ਕਰਮਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕੁਝ ਰੱਬ ਨਾਲੋਂ ਦੂਰ ਕਰ ਦਿੰਦੇ ਨੇ, ਕੁਝ ਪ੍ਰਭੂ ਦੇ ਨੇੜੇ ਕਰ ਦਿੰਦੇ ਨੇ। ਇੱਥੋਂ ਤੱਕ ਪਿਛਲਾ ਸਬਜੈਕਟ ਦਾ ਮਸਲਾ ਸੀ ਕਿ ਮਨ ਇਸ ਲਈ ਕੋਲ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਜੀਵ ਦੇ ਨਹੀਂ ਮਿਲ ਪਾਉਂਦਾ, ਵਿਛੜਿਆ ਹੋਇਆ ਹੈ। ਤਾਂ ਕਾਰਨ ਕਿਉਂਕਿ ਇਸਦੇ ਕਰਮ ਜਿਹੜੇ ਨੇ ਉਹਨਾਂ ਵਿੱਚ ਇੱਕ ਧੰਦਾ ਸਮਾ ਗਿਆ, ਕਿਉਂਕਿ ਪਿਛਲੀ ਵਾਰ ਇੱਥੇ ਆਪਾਂ ਰੁਕੇ ਸੀ ਜਿੱਥੇ ਲਫ਼ਜ਼ ਆਏ ਸਨ। ਇਹ ਮਨ ਧੰਦੇ ਬਾਦਾ ਕਰਮ ਕਮਾਏ। ਮਨ ਧੰਦਿਆਂ ਦਾ ਵੱਜਿਆ ਹੋਇਆ, ਇਹ ਵਪਾਰੀ ਬਣ ਗਿਆ, ਧੰਦਾ ਸਮਝਦਾ ਹਰ ਕੰਮ ਨੂੰ। ਇਹਨੇ ਕਰਮ ਨੂੰ ਵੀ ਧੰਦਾ ਬਣਾ ਲਿਆ ਹੈ, ਨਤੀਜਾ ਇਹ ਨਿਕਲਿਆ ਹੈ ਕਿ ਧਰਮ ਨੂੰ ਵੀ ਧੰਦਾ ਬਣਾ ਲਿਆ। ਮਸਲਾ ਇਸ ਹੁਣ ਧੰਦਾ ਕੀ ਹੁੰਦਾ ਹੈ? ਜਿਹਦੇ ਵਿੱਚ ਕੁਛ ਲੈਣ ਹੋਵੇ, ਕੁਛ ਦੇਣ ਹੋਵੇ, ਹੁਣ ਆਪਾਂ ਅੱਗੇ ਵਧਣਾ। ਧੰਦਾ ਉਸਨੂੰ ਕਹਿੰਦੇ ਨੇ ਜਿਹਦੇ ਵਿੱਚ ਕੁਛ ਲਿਆ ਜਾਏ, ਕੁਝ ਦਿੱਤਾ ਜਾਏ, ਹਰ ਇੱਕ ਚੀਜ਼ ਦੀ ਕੋਈ ਕੀਮਤ ਹੋਵੇ, ਧੰਦਾ ਉਸਨੂੰ ਕਹਿੰਦੇ। ਜਿੱਥੇ ਕੀਮਤ ਕੋਈ ਨਹੀਂ ਉੱਥੇ ਦਾਨ ਤਾਂ ਹੋ ਸਕਦਾ, ਧੰਦਾ ਨਹੀਂ ਹੋ ਸਕਦਾ। ਕਿਸੇ ਨੂੰ ਦਾਨ ਕਰਨਾ ਹੋਵੇ ਉੱਥੇ ਕੋਈ ਕੀਮਤ ਨਹੀਂ, ਕਿਉਂਕਿ ਉਹਨੇ ਕੋਲੋਂ ਮੁੱਲ ਲੈਣਾ ਨਹੀਂ, ਨਾ ਉਹਨੇ ਮੁੱਲ ਦੇਣਾ ਹੈ। ਪਰ ਜਿੱਥੇ ਕੁਝ ਵੇਚਣਾ ਹੈ ਜਾਂ ਖਰੀਦਣਾ ਹੈ ਉੱਥੇ ਕੀਮਤ ਹੈ। ਹੁਣ ਮਸਲਾ ਆ ਗਿਆ ਕਿ ਮਨੁੱਖ ਦਾ ਮਨ ਜਿਹੜਾ ਹੈ ਉਹ ਧੰਦੇ ਵਿੱਚ ਵੱਜਿਆ ਹੋਇਆ। ਆਪਾਂ ਹੁਣ ਅੱਗੇ ਵਧਣਾ, ਧੰਦੇ ਵਾਧਾ ਕਰਮ ਕਮਾਏ। ਇਹ ਹਰ ਕਰਮ ਜਿਹੜਾ ਕਰਦਾ ਉਹ ਧੰਦੇ ਦੀ ਸ਼ਕਲ ਵਿੱਚ। ਪਿਛਲੀ ਵਾਰ ਲਫ਼ਜ਼ ਆਏ ਸਨ ਕਿ ਮਨੁੱਖ ਅਖੰਡ ਪਾਠ ਕਰਾਉਂਦਾ ਕੀ ਮਿਲੇਗਾ, ਗੁਰਦੁਆਰੇ ਜਾਵਾਂਗਾ ਕੀ ਮਿਲੇਗਾ। ਨਿਰਾ ਅਖੰਡ ਪਾਠ ਕਰਾਉਣ ਵਾਲਾ ਇਹ ਨਹੀਂ ਕਹਿੰਦਾ ਕੀ ਮਿਲੇਗਾ, ਜਿਹੜਾ ਕਰ ਰਿਹਾ ਉਹ ਵੀ ਕਹਿੰਦਾ ਕੀ ਮਿਲੇਗਾ। ਧੰਦਾ, ਧੰਦੇ ਦੀ ਕੀਮਤ ਹੁੰਦੀ। ਹੁਣ ਆਪਾਂ ਅੱਗੇ ਵਧੀਏ, ਕਿਉਂਕਿ ਰੱਬ ਦੇ ਦਰ 'ਤੇ ਧੰਦਾ ਨਹੀਂ। ਰੱਬ ਦੇ ਦਰ 'ਤੇ ਧੰਦਾ ਬਿਲਕੁਲ ਨਹੀਂ, ਇਹ ਮਨ ਜਿਹੜਾ ਹੈ ਉਹ ਧੰਦੇ ਵੱਧਦਾ ਹੈ। ਰੱਬ ਨਾਲ ਇਹਦਾ ਮਨ ਦੇ ਵਿੱਚ ਕੋਲ ਹੁੰਦਿਆਂ ਹੋਇਆਂ ਵੀ ਮੇਲ ਕਿਉਂ ਨਹੀਂ, ਕਿਉਂਕਿ ਰੱਬ ਦੇ ਕਰਮ ਵਿੱਚ ਕੋਈ ਚੀਜ਼ ਵੀ ਧੰਦਾ ਨਹੀਂ। ਕਿਉਂ? ਇਸੇ ਲਈ ਉਹਦੀ ਕਿਸੇ ਚੀਜ਼ ਦੀ ਕੀਮਤ ਨਹੀਂ। ਆਪਾਂ
रोज़ पढ़ने आ। अमोल गुण अमोल गुण अमोल व्यापार अमोल व्यापारी अमूल भंडार साई नाम अमोल की कोई बोल करेगा इसलिए मन को मुल भी कोई नहीं मन मुल पा भी नहीं सकता पावे भी किमें कोई अमोल दा मुल की पाएगा आज दा शब्द है गणित कहते ने गिनती गणित गिनती का ना है हुण गुरु ने बाणी विच कह दिता है हे मालिक तू गिनती तो बाहर है तेरा मुल की पवा तू करता आप अगणित है ओ अगणित है वड्डे मेरे साहिबा गहर गंभीरा गुनी गहीरा कोई न जाने कोई न जाने तेरा केता के वड़चीरा असंख्य जप असंख्य भाव असंख्य पूजा असंख्य तपता असंख्य ग्रंथ मुख वेद पाठ असंख्य जो मन रहे उदास असंख्य भगत असंख का आखरी अर्थ है जिथे गिनती खत्म हो जाए जो गिनती नकाई दुहाई संकड़ा हजार के संबंध में गिनती गिनते उत संख तो बाद कह देंगे ने असंख क्योंकि संख्या नाम भी गिनती का है गिनती संख्या भी आखते हैं असंख का मतलब है जिथे गिनती ना हो गिनती खत्म हो जाए तू अगणित है असंख ने दी गिनती विच आना संख्या दी गिनती विच नहीं आना असंख गिनत मुख भेद पाठ असंख जोग मन रहे उदास असंख भगत गुण ज्ञान विचार असंख सती असंख दातार असंख सूर मो पख सार असंख मोन लिवलाए तार अगणित ओए जो दिशे अंबर तारे किन ओए चीते किन ओए चीते सेवक के भरपूर जुग जुग वाह गुरु तेरा सब सदका निरंकार प्रभु सदा सलामत किसी की 10 साल किसी की 20 साल 50 साल 100 साल उम्र होएगी
गिनती है। जदों चला जांदा है उनकी पिक्चर उनकी फोटो टांगन वेले भी थले लिख देंदे ने इन्ने साल की उम्र विच चला गया। पर हे मेरे रब, तेरे संबंध विच अज तक किसे नहीं लिखिया, तेरी फोटो भी नहीं बनी, तेरे संबंध विच अज तक किसे भी ये भी नहीं लिखिया तू कदों पैदा होया, कह ना सके को तू कद का, कद का दा मतलब है कदों दा, कोई नहीं कह सकता तू कदों दा है, बल्कि आद सच आद सच जुगाद सच है भी सच, नानक होसी भी सच, तू सदा सलामत, तू सदा सलामत निरंकार, कह न सके को तू कद का, तू करता आप अगणित है, तेरी गिनती कोई नहीं। हुण उस दे उल्ट हो गया, कहन लगे संसार दा कोई मनुख ऐसा नहीं जिहड़ा गिनती विच ना होवे, उसदी उम्र दी भी गिनती कीती जा सकती, उसदे कम्मां दी भी गिनती कीती जा सकती, उसदी जायदाद दी, उसदे बैंक बैलेंस दी, हर एक चीज गिनती विच है। कहन लगे मैं रब ते निरंकार ते संसार विच जेड़ा अंतर है, हालांकि उस अंतर नू मेटिया इत्थे आके कि निरंकार संसार विच रहिंदा है, ये जग सची की है कोठड़ी, संसार विच जग विच दुनिया विच रहिंदा है, पर फर्क है दोहां दा, वह अगणित है ये गणित है, इनकी हर एक चीज गिनती विच है, हाइट किन्नी है उथे है, कोई ना जाने तेरा केता के विड़चीरा, इथे तेरी हाइट भी मिनी जा सकती है, तेरी उम्र भी मिनी जा सकती है, तेरी स्ट्रेंथ भी मिनी जा सकती है, किन्ना क तू मजबूत है, किन्नी क तेरे कोल ताकत है, हर एक चीज का कोई मीटर है, क्योंकि तू गणित विच है, सब जग विच गणित है, सारा संसार गिनती विच है, ते निरंकार गिनती तो बाहर है, दोहां दा फर्क की है, तू करता आप अगणित है, सब जग विच गणित है, सारा संसार गणित विच है। हुण सवाल यह पैदा होया है कि संसार जे गणित विच है तो उस गणित वाले संसार विच निरंकार किवें वस रहा है, क्योंकि वह सूक्ष्म है, जे तो ग्रिड स्थूल दे रूप विच, क्योंकि स्थूल ते सूक्ष्म विच इन्ना ही फर्क हुंदा है, स्थूल दी जिहड़ी गिनती है ना वो घट वध नहीं सकदी, कोई स्थूल घर होवे, घर दा मकान होवे, घर विच पिया होया कोई पत्थर होवे, कोई दरखत, असीं उहनूं मिन लईए, उहदी मिनती उहदे ते आधारित है, पर सूक्ष्म दी नहीं हुंदी, सूक्ष्म ने हर थां ते समा जाना है, हुण हालांकि पवन दूजे नंबर दी सूक्ष्म है, गुरु ने इसलिए
एक गल गिनती विच लिया उन लगे आखी कहन लगे सच तो बाद उस अकाल पुरख तो बाद जड़ी दूजी चीज पैदा हुई वह पवन सच ते पवनव है उन्दे तो दूजे नंबर ते घट सूक्ष्म पवन है। हालांकि पवन भी समा जाती है हर थां ते जिन्ना क चरोखा जिन्ना क टिकाणा उसनू मिले उत्थे पहुँच जाती है, पर जे उत्थे पहुँचन तो बाद उसनू डिस्टर्ब किया जाए आप बुलबुले की ने उन्दे विच पवन ही तो आउंदी। आ बच्चे एक भगवाना लफज वरतते ने उन्होंने भी फुलाते हैं उन्दे विच पवन देंदे, पर जे वह भी सूक्ष्म होण करके उन्दे अंदर चली जाती है पर अपना आप त्यागती नहीं, जरा ज्यादा होवे तो बुलबुल फट जाता है। पर मेरा रब इन्ना सूक्ष्म है वो हर थां ते समाया होया डिस्टर्ब नहीं करता। मैं एक बार बहुत देर हुई एक एग्जाम्पल देती सी कि सतगुरु ने बाणी में आख्या है दिल विच रहिंदा है निरंकार। सतगुरु ने आख्या जंगल जंगल क्या भावे वन कंडा मोड़े वसी रब हियालिया दिल में खोज दिल में खोज दिलो दिल खोजो यही ठौर मुकामा। मैं किसी दिल दे विच रहिंदा दिल दे उत्ते रहिंदा ते दिल इन्ना नाजुक है स्थूल दिल कुछ होर चीज है जिन्हों आप हार्ट आखदे ने। एक एहसास का नाम दिल जड़ा है वो बड़ा सूक्ष्म है इन्ना सूक्ष्म है कि जे उन्हें कोई मंदा बोल देवे तो फिर आख देंदा है मेरा तो दिल टुट गया है। वो एहसास दे नाम दिल है वो टुटदा ये हार्ट नहीं टुटदा वो टुटदा है जिहड़ा एहसास वाला है क्योंकि गुरबाणी विचों बहुत कुछ स्पष्ट हुंदा चला जाता है। कहिंदे ने इन्ना सूक्ष्म है दिल वो एहसास दा दिल कि किसी के एक मन के बचन नाल टुट जाता है। हालांकि बचन भी इन्ना सूक्ष्म होता है कि वह दिसदा किसी नूं नहीं शब्द सूक्ष्म है पर दिल इन्ना सूक्ष्म है कि उस बचन नाल ही टुट गया उन्दे तक वो बचन पहुंचे आए ते पहुंचदिया टुट गया। ते मैं हैरान हो उस गीती सी कि एडी अजीब गल है जिहड़ा एक बचन नाल दिल टुट जाता है रब उन्दे उत्ते बैठा है उन्दे विच बैठा है वो टुटदा ही नहीं भला रब किड्डा सूक्ष्म होया क्योंकि मुकाबले तो वेखना ना जिहड़ा बचन दे नाल टुट जाता है वह प्रभु दे बैठन नाल नहीं टुटदा प्रभु किन्ना सूक्ष्म होया वह बचन तो भी सूक्ष्म हो गया। जिहड़ी चीज सूक्ष्म होवे वो हर थां ते समा जांदी है। इहो कारण है मेरा रब मेरा प्रभु इन्ना सूक्ष्म है कि वो मन जिहड़ा गणित विच है संसार जिहड़ा गणित विच है उन्दे विच भी समा जांदा है उन्दे विच भी बैठ जांदा है। ते बैठा इसलिए ताकि विच बैठ के मैं है इस दे हर कर्म नू जान सकांगा। जिस दिन तैनू ये पता लग जाए कि मेरे अंदर कोई बैठा मैनू देख रहा है जिन्ने संसार दे गुनाह ने जिन्ने संसार दे कर्म ने जे उन्हां नू कंट्रोल करना होवे तो इक्को ही तरीका है कि रब नू अपने अंदर महसूस करो। बस अज दा गुरबाणी दा फैसला कहन लगे ओ अगणित है।
ਹਰ ਥਾਂ 'ਤੇ ਉਹਦੀ ਪਹੁੰਚ ਹੈ, ਸੰਸਾਰ ਗਣਿਤ ਵਿੱਚ ਹੈ। ਗਣਿਤ ਸਥੂਲ ਹੁੰਦੀ ਹੈ, ਅਗਣਿਤ ਜਿਹੜਾ ਹੈ ਉਹ ਸੂਖਸ਼ਮ ਹੁੰਦਾ ਹੈ। ਅਤੇ ਇੰਨਾ ਸੂਖਸ਼ਮ ਹੈ ਉਹ ਮਾਲਕ ਕਿ ਹਰ ਵਿਰਲ ਵਿੱਚ, ਹਰ ਗਣਿਤ ਵਿੱਚ ਵੀ ਬੈਠਾ ਹੈ, ਅੰਦਰ ਬੈਠਾ ਹੈ। ਅਤੇ ਅੰਦਰ ਬੈਠਾ ਹੋਇਆ ਸਭ ਕੁਛ ਦੇਖ ਰਿਹਾ ਹੈ। ਇਸ ਲਈ ਜਿਸ ਦਿਨ ਤੂੰ ਇਹ ਮਹਿਸੂਸ ਕਰ ਲਿਆ ਕਿ ਤੇਰੇ ਅੰਦਰ ਬੈਠਾ ਹੋਇਆ ਮਾਲਕ ਸਭ ਕੁਝ ਦੇਖ ਰਿਹਾ ਹੈ, ਗੁਰੂ ਨੇ ਕਿਉਂ ਆਖਿਆ ਪਾਪ ਕਮਾਇਂਦੜੋ, ਸੋ ਆਇਓ ਮਾਥੇ, ਸਮਝਾਉਣ ਦਾ ਤਰੀਕਾ ਸੀ। ਕਹਿਣ ਲੱਗੇ ਜਿਸ ਪਾਸ ਲੁਕਾਇਂਦੜੋ, ਭਲਿਆ ਕਿਹਦੇ ਕੋਲੋਂ ਲੁਕਾਏਗਾ, ਸੰਸਾਰ ਦੇ ਕਿਸੇ ਮਨੁੱਖ ਕੋਲੋਂ? ਤੂੰ ਕਿਸੇ ਝੂਠ ਦੇ ਸਹਾਰੇ, ਕਿਸੇ ਫਰੇਬ ਦੇ ਸਹਾਰੇ, ਕਿਸੇ ਪਖੰਡ ਅਤੇ ਬਣਤਰ ਦੇ ਸਹਾਰੇ ਆਪਣਾ ਕਰਤੱਵ ਛੁਪਾ ਸਕੇਗਾ? ਪਰ ਇੱਕ ਖਿਆਲ ਕਰਨੀ, ਕਰਤੱਵ ਕਰਮ ਤਾਂ ਬਾਅਦ ਵਿੱਚ ਪੈਦਾ ਹੋਣਾ ਹੈ, ਵਿਹਾਰ ਤਾਂ ਬਾਅਦ ਵਿੱਚ ਬਣਨਾ, ਪਹਿਲਾਂ ਵਿਚਾਰ ਬਣਨਾ। ਵਿਚਾਰ ਅੰਦਰੋਂ ਪੈਦਾ ਹੁੰਦਾ ਹੈ, ਅਤੇ ਅੰਦਰ ਵੀ ਕੋਈ ਬੈਠਾ ਜਿਹੜਾ ਦੇਖ ਰਿਹਾ ਹੈ। ਵਿਹਾਰ ਦੁਨੀਆ ਨੇ ਦੇਖਣਾ ਹੈ, ਵਿਚਾਰ ਉਹਨੇ ਦੇਖਣਾ ਹੈ, ਆਹ ਫਰਕ ਹੈ। ਅਸੀਂ ਸਮਝਦੇ ਹਾਂ ਦੁਨੀਆ ਸਾਨੂੰ ਨਹੀਂ ਨਾ ਦੇਖੇ, ਉਹ ਕੇਵਲ ਵਿਹਾਰ ਦੇਖ ਸਕਦੀ ਹੈ, ਵਿਚਾਰ ਨਹੀਂ ਦੇਖ ਸਕਦੀ। ਮੇਰੇ ਮਨ ਵਿੱਚ ਕੀ ਹੈ ਇਹ ਦੁਨੀਆ ਨਹੀਂ ਜਾਣਦੀ। ਜਿਸ ਦਿਨ ਉਹ ਵਿਚਾਰ ਵਿਹਾਰ ਬਣੇਗਾ, ਉਸ ਦਿਨ ਦੁਨੀਆ ਦੇ ਸਾਹਮਣੇ ਨਸ਼ਰ ਹੋ ਜਾਏਗਾ। ਕਿਉਂ? ਕਿਉਂਕਿ ਦੁਨੀਆ ਸਥੂਲ ਹੈ, ਸੰਸਾਰ ਸਥੂਲ ਹੈ, ਸਥੂਲ ਸਥੂਲ ਨੂੰ ਦੇਖ ਸਕਦਾ। ਸਤਿਗੁਰੂ ਨੇ ਕਿਉਂ ਵਾਣ ਬਾਣੀ ਵਿੱਚ ਆਖਿਆ, ਕਹਿੰਦੇ ਨੇ ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਜਿਉਂਦੇ ਮਨੁੱਖ ਜਿਉਂਦਾ ਮਨੁੱਖ ਦੇਖ ਸਕਦਾ ਹੈ, ਸਥੂਲ ਸਥੂਲ ਨੂੰ ਦੇਖ ਸਕਦਾ ਹੈ, ਸੂਖਸ਼ਮ ਸੂਖਸ਼ਮ ਨੂੰ ਦੇਖ ਸਕਦਾ ਹੈ। ਕਿਉਂਕਿ ਮਾਲਕ ਸੂਖਸ਼ਮ ਹੈ, ਇਸ ਲਈ ਉਹ ਅੰਦਰ ਬੈਠੇ ਮਨ ਨੂੰ, ਸੂਖਸ਼ਮ ਦੂਜੀ ਪਵਨ ਨੂੰ, ਆਪਣੇ ਜੀਵ ਦੇ ਵਿਚਾਰਾਂ ਨੂੰ, ਹਰ ਚੀਜ਼ ਜਿਹੜੀ ਸੂਖਸ਼ਮ ਹੈ ਉਸ ਮਾਲਕ ਦੇ ਸਾਹਮਣੇ ਹੈ, ਉਹ ਨਹੀਂ ਛੁਪਾਈ ਜਾ ਸਕਦੀ। ਅਤੇ ਜਿਸ ਦਿਨ ਤੈਨੂੰ ਇਹ ਵਿਸ਼ਵਾਸ ਆ ਜਾਏ, ਤੂੰ ਇਹ ਜਾਣ ਲਵੇਂ ਕਿ ਮੇਰੇ ਅੰਦਰ ਵੀ ਕੋਈ ਸੂਖਸ਼ਮ ਬੈਠਾ ਹੈ ਜਿਹਦੇ ਕੋਲੋਂ ਮੈਂ ਕੁਛ ਨਹੀਂ ਛੁਪਾ ਸਕਦਾ, ਬਸ ਉਸ ਦਿਨ ਤੇਰਾ ਜਨਮ ਸਫਲ ਹੋ ਜਾਏਗਾ। ਉਹ ਸਭ ਤੋਂ ਪਹਿਲਾਂ ਜਿਹੜਾ ਵਿਚਾਰ ਆਇਆ ਸੀ, ਜਿੱਥੋਂ ਇਹ ਲੜੀ ਚੱਲੀ ਸੀ, ਉਹ ਸੀ ਕਿ ਮਾਲਕ ਦੇ ਦਰ 'ਤੇ ਕਿਹੜੀ ਵਡਿਆਈ ਚੰਗੀ ਲੱਗਦੀ ਹੈ, ਕਿਹੜੀ ਪ੍ਰਵਾਨ ਹੁੰਦੀ ਹੈ, ਜਿਹੜੀ ਵਡਿਆਈ ਸੂਖਸ਼ਮ ਪੈਦਾ ਹੋਵੇ, ਜਿਹੜੀ ਅੰਦਰੋਂ ਪ੍ਰਵਾਨਿਤ ਹੋ ਕੇ ਨਿਕਲੇ। ਜਿਹੜੀ ਸੰਸਾਰ ਦੀਆਂ ਵਡਿਆਈਆਂ ਕਿਉਂ ਲਫਜ਼ਾਏ ਸਨ ਕਿ ਦੁਨੀਆ ਕੇ ਵਡਿਆਈਆਂ ਅੱਗੀ ਸੇਕੀ ਜਾਲ, ਕਿਉਂਕਿ ਦੁਨੀਆ ਦੀਆਂ ਵਡਿਆਈਆਂ ਵੀ ਜਿਹੜੀਆਂ ਨੇ ਉਹ ਸਥੂਲ ਨੇ। ਸੰਸਾਰ ਸਥੂਲ ਵਡਿਆਈ ਦੇ ਸਕਦਾ, ਔਰ ਜਿੰਨੀ ਦੇਰ ਸੰਸਾਰ ਕੋਲੋਂ ਸਥੂਲ ਵਡਿਆਈ ਨਾ ਮਿਲੇ, ਓਨੀ ਦੇਰ ਮਨੁੱਖ ਨੂੰ ਮਨ ਨੂੰ ਧੀਰਜ ਵੀ ਨਹੀਂ ਜਗਾਉਂਦਾ। ਕਿਸੇ ਯੂਨੀਵਰਸਿਟੀ ਚੋਂ ਕੋਈ ਡਿਗਰੀ ਪਾਸ ਕਰ ਲਵੇ ਅਤੇ ਉਸ ਯੂਨੀਵਰਸਿਟੀ ਦਾ ਮੇਅਰ ਉਸਨੂੰ ਆ ਕੇ ਦੇਵੇ, ਜਾਂ ਤੈਨੂੰ ਐੱਮ ਏ ਦੀ ਡਿਗਰੀ, ਪੀ ਐੱਚ ਡੀ ਡਿਗਰੀ ਦਿੱਤੀ, ਉਹ ਸੰਤੁਸ਼ਟ ਹੋ ਜਾਂਦਾ, ਇਹ ਕਹਿੰਦੇ ਕੁਝ ਲਿਖ ਕੇ ਦੇ, ਮੈਨੂੰ ਸਰਟੀਫਿਕੇਟ ਦੇ ਜਿਹੜਾ ਮੈਨੂੰ ਦਿਸਦਾ ਹੋਵੇ, ਮੈਂ ਦੂਜਿਆਂ ਨੂੰ ਦਿਖਾ ਸਕਦਾ ਹੋਵਾਂ। ਕਿਉਂਕਿ ਸਥੂਲ ਸੰਸਾਰ ਦੀਆਂ ਵਡਿਆਈਆਂ ਜਿਹੜੀਆਂ ਨੇ ਉਹ ਸਥੂਲ ਨੇ, ਸੂਖਸ਼ਮ ਨਿਰੰਕਾਰ ਦੀਆਂ ਵਡਿਆਈਆਂ ਜਿਹੜੀਆਂ ਨੇ ਉਹ ਸੂਖਸ਼ਮ ਨੇ। ਇੱਥੋਂ ਚੱਲਿਆ ਸੀ ਕਿ ਮਨੁੱਖ ਜਿਹੜਾ ਰੱਬੀ ਦਰਗਾਹ ਅੰਦਰ, ਪ੍ਰਭੂ ਦਰਗਾਹ ਅੰਦਰ ਵਡਿਆਈ ਪਾਉਂਦਾ, ਜਿਹੜੀ ਵਡਿਆਈਆਂ ਉੱਥੇ ਪ੍ਰਵਾਨ ਹੋ ਜਾਣ, ਉਹ ਮਨੁੱਖ ਦੇ ਸਕਾਰਤ ਨੇ। ਅਤੇ ਉਹ ਵਡਿਆਈਆਂ ਪ੍ਰਵਾਨਿਤ ਤਿਆਂ ਹੁੰਦੀਆਂ ਨੇ ਜੇ ਸੂਖਸ਼ਮ ਪ੍ਰਭੂ ਜਿਹੜਾ ਹੈ ਉਹ ਤੈਨੂੰ ਪਛਾਣ ਰਿਹਾ ਹੈ, ਦੇਖ ਰਿਹਾ ਹੈ। ਉਹਦੇ ਦਰ 'ਤੇ ਪ੍ਰਵਾਨ ਚੜ੍ਹਨ ਲਈ ਤੈਨੂੰ ਇੱਕ ਵਿਸ਼ਵਾਸ ਹੋਵੇ ਕਿ ਮੈਂ ਜੋ ਕੁਛ ਕਰ ਰਿਹਾ ਉਹ ਛੁਪਾ ਨਹੀਂ ਸਕਦਾ।
ਅਤੇ ਜਿੰਨੇ ਜਦੋਂ ਤੂੰ ਇਹ ਪਛਾਣ ਲਿਆ ਕਿ ਮੈਂ ਛੁਪਾ ਨਹੀਂ ਸਕਦਾ, ਗੁਨਾਹ ਆਪੇ ਹੀ ਖਤਮ ਹੋ ਜਾਣਗੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ ਜਿਹੜਾ ਨਿਕਟ ਜਾਣੇ, ਜਿਹੜਾ ਮਾਲਕ ਨੂੰ ਨੇੜੇ ਸਮਝੇ, ਉਹ ਪਾਪ ਕਿਵੇਂ ਕਰੇਗਾ, ਉਹ ਗੁਨਾਹ ਕਿਵੇਂ ਝੂਠ ਕਿਵੇਂ ਬੋਲੇਗਾ। ਨਿਕਟ ਨਾ ਜਾਣੇ ਪਰ ਗ੍ਰਹਿ ਜਾਏ, ਜਦੋਂ ਪਰਾਏ ਘਰ ਜਾਂਦਾ ਹੈ ਉਦੋਂ ਅੱਖਾਂ ਬਚਾ ਕੇ ਜਾਂਦਾ ਹੈ, ਅੰਧੇਰੇ ਵਿੱਚ ਜਾਂਦਾ ਹੈ। ਜਦੋਂ ਕਿਸੇ ਦਾ ਘਰ ਲੁੱਟਣਾ ਹੋਵੇ ਉਦੋਂ ਚੋਰੀ ਵੇਲੇ ਅੰਧੇਰਾ ਚਾਹੁੰਦਾ, ਤਾਂ ਕਿ ਕੋਈ ਮੈਨੂੰ ਨਾ ਦੇਖੇ, ਅਤੇ ਜਿਸ ਦਿਨ ਉਹਨੂੰ ਪਤਾ ਹੋਵੇ ਦੇਖਣ ਵਾਲਾ ਮੇਰੇ ਅੰਦਰ ਹੀ ਰਹਿੰਦਾ ਹੈ। ਨਿਕਟ ਬੁੱਝੇ ਪਾਣੀ ਪਾਣੀ ਹੈ, ਨਿਕਟ ਬੁੱਝੇ ਸੋ ਬੁਰਾ ਕਿਉਂ ਕਰਿਆ। ਜਿਹੜਾ ਨੇੜੇ ਜਾਣ ਲੈਗਾ, ਜਿਸ ਨੂੰ ਇਹ ਪਤਾ ਹੋਵੇਗਾ ਹਾਂ ਤੂੰ ਕਰਤਾ ਸਭ ਕੁਛ ਜਾਣਦਾ ਜੋ ਜੀਆਂ ਅੰਦਰ ਵਰਤੇ, ਜਿਸ ਦਿਨ ਤੈਨੂੰ ਪਤਾ ਲੱਗ ਜਾਏਗਾ, ਵਿਸ਼ਵਾਸ ਆ ਜਾਏਗਾ ਕਿ ਉਹ ਕਰਤਾ ਤਾਂ ਮੇਰੇ ਅੰਦਰ ਹੀ ਵਸਦਾ, ਮੈਨੂੰ ਕਿਤੋਂ ਬਾਹਰੋਂ ਜਾਣ ਦੀ, ਉਹ ਤਾਂ ਵਸਦਾ ਹੀ। ਸਤਿਗੁਰੂ ਨੇ ਬਾਣੀ ਵਿੱਚ ਇਸੇ ਲਈ ਇਹ ਫੈਸਲਾ ਦੇ ਦਿੱਤਾ ਕਿ ਉਹ ਭਲਾਇਆ ਭਲਿਆ, ਤੈਨੂੰ ਇਹ ਪਤਾ ਹੋਵੇ ਮਾਲਕ ਦਾ ਘਰ ਤੇਰਾ ਮਨ ਹੈ, ਬੇਗਮਪੁਰਾ ਕਿਤੇ ਬਾਹਰ ਨਹੀਂ, ਕੰਮ ਕਰ ਘਰ ਬੈਸਣਾ ਅੰਦਰ ਧਿਆਨ ਦੇ, ਅੰਦਰ ਵਿਚਾਰ ਦੇਖ। ਜਿਸ ਦਿਨ ਤੂੰ ਅੰਦਰ ਮੁਖੀ ਹੋ ਗਏ ਹੋ, ਤੈਨੂੰ ਅੰਦਰਲੇ ਦੀ ਪਛਾਣ ਹੋ ਗਈ, ਫਿਰ ਸੰਸਾਰ ਅੰਦਰ ਕੋਈ ਕਰਮ ਐਸਾ ਨਹੀਂ ਜਿਹੜਾ ਕਰਮ ਤੈਨੂੰ ਛੁਪਾਉਣਾ ਪੈ ਜਾਏ ਲੋਕਾਂ ਕੋਲੋਂ, ਅਤੇ ਦੁਨੀਆਂ ਦੀਆਂ ਵਡਿਆਈਆਂ ਦੀ ਤਾਂਘ ਰੱਖੇ। ਅਤੇ ਗੁਰੂ ਨੇ ਵੀ ਇਹੋ ਗੱਲ ਆਖੀ ਹੈ, ਕਹਿੰਦੇ ਨੇ ਹੇ ਮੇਰੇ ਮਾਲਕ ਤੂੰ ਸਭ ਕੁਛ ਜਾਣਦਾ ਹੈ, ਤੂੰ ਅਗਣਿਤ ਹੈ, ਸੰਸਾਰ ਗਣਿਤ ਵਿੱਚ ਹੈ, ਸਥੂਲ ਹੈ, ਇਸ ਲਈ ਇਹ ਸਥੂਲ ਦੇ ਘੇਰੇ ਵਿੱਚ ਹੀ ਰਹਿੰਦਾ, ਹਰ ਇੱਕ ਚੀਜ਼ ਇਹਨੂੰ ਗਿਣਤੀ ਮਿਣਤੀ ਦੀ, ਅਤੇ ਸੰਸਾਰ ਦੇ ਉਹ ਜਿਹੜੇ ਧੰਦੇ ਵਾਲੀ ਜਿਹੜੀ ਚੀਜ਼ ਦੀ ਗਿਣਤੀ ਹੋਵੇ ਧੰਦਾ, ਇਹਨੇ ਇਸ ਲਈ ਤੇਰੇ ਨਾਲ ਵੀ ਧੰਦਾ ਸ਼ੁਰੂ ਕਰ ਲਿਆ, ਤੇਰੇ ਨਾਲ ਵੀ ਕਿਉਂ ਸ਼ੁਰੂ ਹੋਇਆ ਹੈ। ਮੈਂ ਹੈਰਾਨ ਹੁੰਦਾ, ਬਹੁਤ ਸਾਰੀਆਂ ਗਿਣਤੀਆਂ ਮਿਣਤੀਆਂ ਸਾਡੇ ਵਿੱਚ ਆ ਗਈਆਂ ਨੇ। ਆਹ ਮਾਲਾਂ ਦੀ ਲੈ ਲਓ, ਮਾਲਾਂ ਦੀ ਕਾਢ ਕਦੋਂ ਨਿਕਲੀ, ਜਦੋਂ ਰੱਬ ਨਾਲ ਗਿਣਤੀ ਕਰਨੀ ਸੀ, ਜਦੋਂ ਰੱਬ ਨਾਲ ਧੰਦਾ ਕਰਨਾ ਸੀ। ਮੈਂ ਸਥਾਨਾਂ 'ਤੇ ਦੇਖਣਾ, ਵਿਰੋਧ ਕੋਈ ਨਹੀਂ, ਪਰ ਕੰਨੀ ਸੁਣਿਆ ਹੈ ਜੇ 6 ਮਾਲਾਂ ਰੋਜ਼ ਦੀਆਂ ਪਹਿਲੀ ਪੌੜੀ ਦੀਆਂ ਕਰ ਲਓ, ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲਦਾ। ਜੇ 2 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰ ਲਓ ਤਾਂ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲ ਮਿਲਦਾ। ਜੇ ਕੋਈ ਹਿੰਦੂ ਵੀਰ ਹੈ, ਰਾਮ ਰਾਮ ਦੀਆਂ 80 ਮਾਲਾਂ ਰੋਜ਼ ਕਰ ਲਵੇ, ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਿਰ ਭਲਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ, ਰਾਮ ਤਾਂ ਹਰ ਕਿਸੇ ਜ਼ਬਾਨੀ ਯਾਦ ਹੈ, ਫਿਰ ਪੰਜਾਬੀ ਪੜ੍ਹਨ ਦੀ ਕੀ ਲੋੜ ਹੈ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾਣ ਦੀ ਕੀ ਲੋੜ ਹੈ। ਗੁਰਬਾਣੀ ਦੀ ਆਪਣਾ ਸੰਕੇਤ ਹੈ, ਗੁਰ ਕਾ ਬਚਨ ਬਸੇ ਜੀ ਨਾਲੇ ਲਫਜ਼ ਹੈ। ਇਸੇ ਲਈ ਸਤਿਗੁਰੂ ਨੇ ਆਖਿਆ ਹਰ ਮਾਲਾਂ ਔਰ ਅੰਤਰ ਧਾਰੇ, ਮਾਲਾਂ ਉਹ ਹੈ ਜਿਹੜੀ ਹਿਰਦੇ ਵਿੱਚ ਪਾਈ ਜਾਏ, ਸਿਰਫ ਸਰੀਰ ਦੇ ਗਲ ਵਿੱਚ ਨਾ ਪਾਈ ਜਾਏ, ਜਿਹੜੀ ਸਰੀਰ ਦੇ ਗਲ ਵਿੱਚ ਪਾਈ ਜਾਏ ਨਾ ਉਹਦੇ ਵੇਲੇ ਤਾਂ ਗੁਰੂ ਨੇ ਆਖਿਰ ਦਿੱਤਾ ਗਲ ਮਾਲਾਂ ਤਿਲਕ ਲਿਲਾ ਟਿੰਗ ਦੋ ਧੋਤੀ ਬਸਤਰ ਕਪਾ ਟਿੰਗ, ਜੇ ਜਾਣਿਸ ਬਰਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ। ਜਿਹੜੀ ਗਲ ਵਿੱਚ ਪਾਉਣ ਵਾਲੀ ਮਾਲਾ ਸੀ ਉਹਦੇ ਲਈ ਤਾਂ ਗੁਰੂ ਨੇ ਆਖ ਦਿੱਤਾ ਮਾਥੇ ਤਿਲਕ ਹੱਥ ਮਾਲਾ, ਹੱਥ ਵਿੱਚ ਫੜੀ ਹੋਈ ਮਾਲਾ ਵੀ ਉਹੀ ਹੈ, ਲੋਗਣ ਰਾਮ ਖਿਲਾਉਣਾ ਜਾਣਾ। ਕਹਿਣ ਲੱਗੇ ਹਰ ਮਾਲਾ ਔਰ ਅੰਤਰ ਧਾਰੇ, ਗੁਰਬਾਣੀ ਹੈ ਜਿਹੜੀ ਹਿਰਦੇ ਵਿੱਚ ਧਾਰਨ ਕਰ ਗਏ, ਹਿਰਦੇ ਵਿੱਚ ਧਾਰੀ ਆ, ਹੁਣ ਹਿਰਦੇ ਵਿੱਚ ਆ ਮਾਲਾ ਤਾਂ ਧਾਰੀ ਨਹੀਂ ਜਾਣੀ, ਪਰ ਅਸੀਂ ਸੰਸਾਰ ਨੂੰ ਭੁਲੇਖਿਆਂ ਵਿੱਚ ਪਾ ਕੇ ਆਪਣਾ ਧੰਦਾ ਚਲਾ ਰਹੇ ਹਾਂ। ਉਹਦਾ ਨਤੀਜਾ ਨਿਕਲਿਆ ਕਿ ਧਰਮ ਮਨ ਜਿਹੜਾ ਹੈ ਧਰਮ ਕਰ ਰਿਹਾ ਆ ਵੱਲੋਂ, ਪਰ ਧੰਦੇ ਬਾਅਦ ਦਾ ਕਰਮ ਕਮਾਇਆ। ਮੈਂ ਤਾਂ ਕਈ ਵਾਰ ਆਉਣ ਵਾਲੇ ਸਮੇਂ ਇਸ ਲਈ ਵਿਚਾਰਾਂਗੇ, ਅਜੇ ਤੱਕ ਸਾਡੇ ਧਰਮੀ ਲੋਕ ਜਿਹੜੇ ਨੇ
पहली पौड़ी का ही ये कहते जरूर ने पहली पौड़ी दियाँ तो 80 माला 6 माला रोज़ दियाँ कर लो पर भलियो अजे विचारो तो सही तुम तो यही नहीं फैसला कर सके पहली पौड़ी कड़ी श्री गुरु ग्रंथ साहब की पहली पौड़ी का फैसला कौम बच कोई नहीं अज तक फैसला नहीं हो सकिया पहली पौड़ी श्री गुरु ग्रंथ साहब की पहली पौड़ी मेल ही नहीं खाती ना अज दे पंथ मनुखी पंथ श्रोमणी कमेटी की पहली पौड़ी नाल ना ही टकसाल की संप्रदाय पहली पौड़ी नाल कोई मेल नहीं खाती गुरु कृपा करे इसलिए विचारांगे आखिर श्री गुरु ग्रंथ साहब पातशाह जी ने पहली पौड़ी किवें बड़ी स्पष्ट लिखी हुई है ये नहीं छुपाई है कोई गल छुपाई नहीं बड़ी अज तुसी श्री गुरु ग्रंथ साहब के दर्शन एक अभ्यास नाल करो कि कोई भी खोज ने तो पता लगेगा पहला गुरप्रसाद तक तो मूल मंत्र है वो विच भी कई थावां ते है जिस वेले गौड़ी राग शुरू होंदा उत्थे भी पूरा मूल मंत्र है जिस वेले अगे इस तो फिर दूजा राग शुरू होंदा उत्थे भी पूरा मूल मंत्र है इसलिए जे वह पहली पौड़ी का हिस्सा होंदा तो कई कई थावां ते किवें वरत्या जांदा पूरा मंत्र मंगलाचरण है उस तो अगे जप लफज है जप लफज जिहड़ा वह बाणी का नाँ है जिथों जिन्हों आप प्यार नाल सत्कार नाल आखने जप जी साहिब वो जप लफज जिहड़ा है वह बाणी का नाम है उस तो अगे फिर तुसी हैरान होवोगे अगे एक श्लोक है आद सच जुगाद सच है भी सच नानक होसी भी सच क्योंकि जपजी साहब विच दो श्लोक ने एक पहला एक अखीर ते पवन गुरु पाणी पिता ये भी श्लोक है कई वीर कहिंदे ने जी इहदे उत्ते श्लोक लिखिया नहीं होया बिल्कुल इन बिन इहो ही श्लोक सुखमनी साहब का 16वां बन के रहिंदा श्री गुरु ग्रंथ साहब अंदर सुखमनी साहब का 16वां श्लोक पढ़ो उत्थे की है सिर्फ फर्क इन्ना ही है इत्थे है आद सच जुगाद सच है भी सच उत्थे है भे सच सियारी है सियारी ते बिहारी दा फर्क है बिल्कुल वो 16वां श्लोक ही उत्थे श्लोक लिखिया होया है ते जप साहब विच भी जप विच भी पहला एक श्लोक है आद सच जुगाद सच है भी सच नानक होसी भी सच और तुसी एक गल नूं होर स्पष्ट करन लई देखोगे कि इस श्लोक तो बाद एक है श्री गुरु ग्रंथ साहिब पढ़े इस श्लोक तो बाद एक है क्योंकि श्लोक पहला है अगे सोचा सोच ना हो जो सोची लखवार दी पौड़ी शुरू हुई है तो ये पौड़ी जग खत्म हुई है हुक्म रजाई चलना नानक लिखिया नाल है उत्थे फिर एक है हुण जो संत तृप्ति देवी है तो एक बाणी विच दो थावां ते एक क्यों आएगा अगर दो होना चाहिए श्लोक वखरा है वह श्लोक का एक है इत्थे पौड़ी का एक है जिहड़ी श्री गुरु ग्रंथ साहिब की पहली पौड़ी है ਉਹ ਤਾਂ ਸ਼ੁਰੂ ਹੀ ਇੱਥੋਂ ਹੁੰਦੀ ਹੈ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਿਖਵਾ ਇਸ ਤੋਂ ਪਹਿਲਾਂ ਸਲੋਕ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ ਪਰ ਸੰਪਰਦਾਇ ਵੀਰ ਇੱਕ ਓਂਕਾਰ ਤੋਂ ਪਹਿਲੀ ਪੌੜੀ ਸ਼ੁਰੂ ਕਰਕੇ ਨਾਨਕ ਉਸ ਵੀ ਸੱਚ 'ਤੇ ਆ ਕੇ ਪੌੜੀ ਸਮਾਪਤ ਕਰ ਰਹੇ ਨੇ ਜਿੱਥੋਂ ਬਾਅਦ ਸ਼ੁਰੂ ਹੁੰਦੀ ਪੜ੍ਹ ਕੇ ਵੇਖ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਘਰ ਘਰ ਹੈ ਅੱਜ ਵੀ ਦੇਖ ਸਕਦੇ ਹੋ ਸੋਚਿਆ ਸੋਚ ਨਾ ਹੋਵੇ ਦੀ ਜਿਹੜੀ ਪੌੜੀ ਪਹਿਲੀ ਹੈ ਉਹਦੇ ਅਖੀਰ 'ਤੇ ਜਿਹੜੇ ਲਫਜ਼ ਨੇ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਲਵਤੀ ਜੇ ਬੰਨਾਂ ਭਰੀਆਂ ਪਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁੱਟਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹਦੇ ਤੋਂ ਬਾਅਦ ਫਿਰ ਇੱਕ ਆਏ ਇਹਦਾ ਮਤਲਬ ਪੌੜੀ ਇੱਥੇ ਸਮਾਪਤ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ
नानक लिखिया नाल तक है, सोचे सोच न हो गई तू। शुरू हो के श्री गुरु ग्रंथ साहब पढ़ लो, सारे बैठ के विचार लो। वो भले वो ये गल्लां विचार दियां ने, थोपन दियां नहीं। साधारण सिख, साधारण मनुख जिहड़ा श्री गुरु ग्रंथ साहब नू खोज नहीं सकता, बेचारे कोल इन्ना समा नहीं, जाए साधन नहीं, वो अखरां विच उलझ गया है। अखरां विच यही सतगुरु ने बाणी विच क्यों आख दिता कि अगणित जिहड़ा है वो अखर तो बाहर है, गणित गणावा अखरी अगणित सचा सोए। ਉਹ ਅਗਣਿਤ ਪ੍ਰਭੂ ਨੂੰ ਅਸੀਂ ਅੱਖਰਾਂ ਨਾਲ ਹੀ ਗਿਣਤੀ ਕਰੀ ਜਾਂਦੇ ਹਾਂ, ਇੰਨੀ ਵਾਰ ਪਾਠ ਕਰ ਲਿਆ ਅਤੇ ਆਹ ਪਾਠ ਹੋ ਜਾਏਗਾ, ਕਿਉਂਕਿ ਅੱਖਰ ਗਿਣ ਲੈਣੇ। ਉਹ ਪੜ੍ਹਿਓ, ਉਹ ਅੱਖਰ ਨਹੀਂ, ਉਹ ਵਿਚਾਰਧਾਰਾ ਹੈ, ਉਹ ਸਿਧਾਂਤ ਹੈ, ਉਹ ਜੀਵਨ ਦਾ ਰਸਤਾ ਹੈ ਜਿਹੜਾ ਪਛਾਣਨ ਦੀ ਲੋੜ ਹੈ। ਉਹਨੂੰ ਅੱਖਰਾਂ ਵਿੱਚ ਗਿਣਤੀ ਵਿੱਚ ਨਾ ਪਾਓ, ਉਹ ਗਿਣਤੀ ਵਿੱਚ ਆਉਣ ਵਾਲਾ ਨਹੀਂ। ਇਹੋ ਹੀ ਗੱਲ ਗੁਰਬਾਣੀ ਨੇ ਵਾਰ ਵਾਰ ਦੁਹਰਾਈ ਹੈ, ਪਰ ਅਸੀਂ ਤਾਂ ਬਹੁਤਾਤ ਚੀਜ਼ਾਂ ਦੇਖਦੇ ਹਾਂ। ਜਦੋਂ ਇੱਕ ਪੱਖ ਨਹੀਂ, ਹੋ ਸਕਦਾ ਦੋ ਚਾਰ ਮਿੰਟ ਜ਼ਿਆਦਾ ਰਹਿ ਜਾ, ਇੱਕ ਪੱਖ ਨਹੀਂ ਮੈਂ ਦੇਖ ਕੇ ਹੈਰਾਨ ਹੁੰਦਾ, ਅਸੀਂ ਗਿਣਤੀ ਵਿੱਚ ਸੁਣੀ ਸੁਣਾਈ ਗਿਣਤੀ ਵਿੱਚ ਪੈ ਗਏ। ਪੰਜ ਕਕਾਰ, ਪੰਜ ਬਾਣੀਆਂ, ਹਰ ਚੀਜ਼ ਨੂੰ ਪੰਜ ਜੋੜ ਦਿੱਤਾ, ਪੰਚਾਮ੍ਰਿਤ। ਉੱਥੇ ਗਿਣਤੀ, ਜੇ ਕਿਸੇ ਨੇ ਪੁੱਛਿਆ ਜੀ ਕੜਾ ਪ੍ਰਸ਼ਾਦ ਦਾ ਨਾਮ ਪੰਚਾਮ੍ਰਿਤ ਕਿਉਂ ਰੱਖਿਆ, ਉੱਥੇ ਗਿਣਤੀ ਕਰ ਦਿੱਤੀ ਜੀ, ਇਹਦੇ 'ਚ ਆਟਾ, ਘਿਓ, ਖੰਡ, ਪਾਣੀ ਅਤੇ ਅੱਗ, ਇਹ ਪੰਜ ਨੇ ਜੀ। ਅਤੇ ਫਿਰ ਕਿਸੇ ਨੇ ਬੜਾ ਸੁੰਦਰ ਆਖਿਆ ਵੀ ਜੇ ਇਹ ਪੰਜ ਨੇ ਅਤੇ ਫਿਰ ਇਹਦੇ ਤੋਂ ਬਿਨਾਂ ਕੜਾ ਪ੍ਰਸ਼ਾਦ ਨਹੀਂ ਬਣ ਸਕਦਾ। ਅਤੇ ਫਿਰ ਕੜਾਹੀ ਅਤੇ ਖਮਚਾ ਛੱਡ ਦਿੱਤਾ, ਅਤੇ ਪਾਠੀ ਬਿਨਾਂ ਜਿਹਨੇ ਬਣਾਇਆ ਉਹਦੇ ਬਿਨਾਂ, ਉਹਦੇ ਬਿਨਾਂ ਉਹ ਵੀ ਬਣ ਨਹੀਂ ਸਕਦਾ, ਫਿਰ ਤਾਂ ਅੱਠ ਹੋ ਜਾਣੇ ਚਾਹੀਦੇ। ਬੜੀਆਂ ਪਰੇਸ਼ਾਨੀਆਂ ਪੈਦਾ ਹੋ ਗਈਆਂ, ਅਸੀਂ ਗਿਣਤੀਆਂ ਵਿੱਚ ਪਾ ਦਿੱਤਾ। ਜੇ ਪੰਜ ਬਾਣੀਆਂ ਦੀ ਬਜਾਏ ਕੋਈ ਸੱਤ ਬਾਣੀਆਂ ਦਾ ਨਿਤਨੇਮ ਕਰ ਲਵੇ ਤਾਂ ਕੀ ਗੁਨਾਹ ਹੈ। ਅਸੀਂ ਗਿਣਤੀ ਵਿੱਚ ਪਾ ਦਿੱਤਾ, ਔਰ ਉਹਦਾ ਗਿਣਤੀ ਦਾ ਇੱਕ ਪਾਸੇ ਨਹੀਂ, ਇਤਿਹਾਸਕਾਰਾਂ ਨੇ, ਹਿਸਟਰੀ ਲਿਖਣ ਵਾਲਿਆਂ ਨੇ ਸਿਰਫ ਪ੍ਰਵਾਨ ਚੜ੍ਹਨ ਵਾਸਤੇ ਉਸ ਗਿਣਤੀਆਂ ਨੂੰ ਪ੍ਰਵਾਨ ਕਰ ਲਿਆ। ਮੈਂ ਹੈਰਾਨ ਹੋਇਆ ਜਦੋਂ ਮੈਂ ਵੇਖਿਆ ਵੀ ਕਿੱਡੀ ਅਜੀਬ ਗੱਲ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਰਾਜਿਆਂ ਨੂੰ ਗਵਾਲੀਅਰ ਦੀ ਜੇਲ੍ਹ ਵਿੱਚੋਂ ਛੁਡਾਇਆ, ਉਹ ਕਿੰਨੇ ਸਨ ਜੀ, 52, ਅਤੇ ਚੋਲਾ ਪਾ ਲਿਆ ਉਹ ਵੀ 52 ਕਲੀਆਂ ਦਾ। 52 ਲਫਜ਼ੀ ਇੰਨਾ ਪਿਆਰਾ ਹੋ ਗਿਆ ਕਿ ਜੇ ਕਵੀਆਂ ਦਾ ਨਾਂ ਲਿਖਣ ਲੱਗੇ ਤਾਂ ਗੁਰੂ ਸਾਹਿਬ ਦੇ ਕੋਲ 52 ਕਵੀ ਸਨ। ਜੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਹਿਸਟਰੀ ਲਿਖਣ ਲੱਗੇ ਤਾਂ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਵਿੱਚ 52 ਤਰ੍ਹਾਂ ਦੇ ਕਿਰਤੀ ਲਿਆ ਕੇ, ਹਰ ਇੱਕ ਚੀਜ਼ 52 ਹੀ ਕਿਉਂ। ਸਤਿਗੁਰ ਨੇ ਬਾਣੀ ਵਿੱਚ ਇੱਕ ਲਫ਼ਜ਼ ਵਰਤੇ ਨੇ, ਕਹਿੰਦੇ ਨੇ 52 ਅੱਖਰ ਸੋਧੇ ਹਨ, ਸਕਿਆ ਨਾ ਅੱਖਰ ਇੱਕ ਪਛਾਣ। ਗੁਰਬਾਣੀ ਤੂੰ ਕਿ 52 ਅੱਖਰਾਂ ਨੂੰ ਤਾਂ ਸੋਧ ਲਿਆ, ਪੜ੍ਹ ਲਿਆ, ਪਛਾਣ ਲਿਆ, ਪਰ ਜਿਹੜਾ ਇੱਕ ਲਿਖਿਆ ਆਇਆ ਸੀ ਨਾ, ਉਹ ਨਾ ਪਛਾਣ ਸਕਿਆ। ਗੁਰੂ ਨੇ ਆਖਿਆ ਇੱਕ ਚਿੱਤ ਜਿਹਨੇ ਇੱਕ ਛਿਣ 'ਤੇ ਆਇਓ, ਇੱਕ ਛਿਣ ਵਿੱਚ ਹੀ ਸਭ ਕੁਝ ਹੋ ਸਕਦਾ। ਗੁਰਬਾਣੀ ਆਖਰੀ ਹੈ ਇੱਕ ਚਿੱਤ ਜਿਣ ਇੱਕ ਛਿਣ ਕੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਚਰਨ ਸਰਨ ਗੁਰ, ਭਾਈ ਗੁਰਦਾਸ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈਂਡਾ ਜਾਇਜ਼ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਉਹ ਲੇਤ ਹੈ। ਅਖੀਰ 'ਤੇ ਜਾ ਕੇ ਇੱਕ ਲਫ਼ਜ਼ ਅੱਗੇ ਇਹ ਵੀ ਆਖਦੇ ਨੇ, ਕਹਿੰਦੇ ਨੇ ਕਿ ਜੇ ਸਤਿਗੁਰੂ ਦੀ ਚਰਨ ਸਰਨ ਵਿੱਚ ਇੱਕ ਕੌਡੀ ਰੱਖੇ ਅਤੇ ਗੁਰੂ ਉਸ ਕੌਡੀ ਨੂੰ ਵੇਖ ਕੇ ਗਿਣਤੀ ਵਿੱਚ ਨਹੀਂ ਪੈਂਦਾ ਵੀ ਇਹਨੇ ਇੱਕ ਗਿਰ ਕੌਡੀ ਰੱਖੀ ਹੈ, ਇੱਕੋ ਹੀ ਚੀਜ਼ ਇਹਨੂੰ ਦਾਨ ਕਰਾਂ। ਭਾਵਣੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਅਗਰ ਭਾਗ ਤੋਂ ਭਾਵ ਸਾਹਮਣੇ ਮੱਥਾ ਟੇਕੇ। ਭਾਵਣੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਪਰ ਬਦਲੇ ਵਿੱਚ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤਾ ਹੈ, ਸਾਰੇ ਖਜ਼ਾਨੇ ਉਹਨੂੰ ਸੌਂਪ ਦਿੰਦਾ, ਕਿਉਂਕਿ ਤੇਰੇ ਕੋਲ ਕੌਡੀ ਹੋਏਗੀ, ਉਹਦੇ ਕੋਲ ਤਾਂ ਕੌਡੀ ਨਹੀਂ।
तू कौड़ियां गिणदा है, वह तो कौड़ियां नहीं गिणदा। तो इसलिए अपनी औकात नाल रब नू ना जोड़, अपने धंधे ते अपनियां कीमतां नाल रब नू निश्चित ना कर। इहो गल सतगुरु बाणी विच आखदे ने, कहंदे ने करता तू करता आप अगणित है, तू करता आप अगणित है। जदों तू अपनी अवस्था नाल तोल के रब नूं गिनतियां मिनतियां विच पाउणा है ना, समझ तू उदों निरंकार नूं नहीं स्तिहारिया, संसार नूं त्यारिया। क्योंकि गिनती तो संसार विच, गिनती पैदा ही संसार विच होई है। ये संख्या, ये गिनती संसार दी निशानी है, निरंकार दी नहीं। इसलिए जे तू उस निरंकार नाल स्नेह रिश्ता पाउणा, तैनू उहदे नाल रिश्ते विच्चों अपनी गिनती कढ़नी पैगी। तू तो हर गल नूं गिनती नाल कर रहा है, एक धंधा बना लिया है उहनूं मिलण दा। इसलिए गुरु ने आख्या कि मनुख दा मन जिंदे विच रब रहिंदा है, जे फिर भी उह मन रब तो दूर होया होया है, ता उनका कारण है धंधा गिनती। ये मन धंधे बाधा कर्म कमाए, जेड़ा आखरी रब नू गिनतियां मिनतियां नाल रब नू सिमरदा है ते आउंदा है भेट करदा है। इसलिए गुरु ने आख्या मन नू ही भेट कर दे, विश्वास कर। कंचन सो पाइए नहीं तौल, तोल के तो तू सोने नाल भी नहीं पा सकता उन्हों। कंचन स्यों पाइए नहीं तोल, किवें मिलता है मन दे। रब दे अगे मन रख दे जी, एंदे विच वसो, ये तुहाडा घर है। जिस दिन मन अंदर प्रभु वस गया, उस दिन विश्वास आ गया कि मेरे मन विच प्रभु रहिंदा, गुणा आपे ही खत्म हो जाणगे। इन्हें शब्दों नाल खिमांदा जा चुका, फतेह बुलाओ। वाहिगुरु जी का खालसा, वाहिगुरु जी की फतेह।